ਕਿਤਾ ਕੀ ਹਾਲ ਚਾਲ ਨੇ ਯਾਰ? ਕਿਸਾਨ ਤਾਂ ਮਗਰੀ ਪੈ ਗਏ। ਤਾਂ ਮੋਦੀ ਸਾਹਿਬ ਸਾਨੂੰ ਹੁਣ ਕੀ ਕਰਨਾ ਚਾਹੀਦਾ ਹੈ? ਯਾਰ ਚਨਕੀਆ ਤਾਂ ਲੋਕੀ ਤੈਨੂੰ ਕਹਿੰਦੇ ਨੇ। ਉਹ ਕੋਈ ਗੱਲ ਨੀ ਮੋਦੀ ਸਾਹਿਬ, ਮੀਡੀਆ ਸਾਡਾ ਆਪਣਾ ਹੈ, ਮੀਡੀਆ ਚ ਉਹਨਾਂ ਨੂੰ ਬਦਨਾਮ ਕਰ ਦਿੰਦੇ ਆ ਕਿਸਾਨਾਂ ਨੂੰ। ਉਹ ਨਾ ਅਮਿਤ ਸ਼ਾਹ ਜੀ, ਮੀਡੀਆ ਤੇ ਜ਼ੋਰ ਲਾ ਹਟਿਆ, ਮੀਡੀਆ ਤੇ ਖਾਲਿਸਤਾਨ ਕਈ ਕੁਛ ਕਹਿ ਹਟਿਆ, ਪਰ ਹੁਣ ਮੀਡੀਆ ਦਾ ਕੋਈ ਵਿਸ਼ਵਾਸ ਨੀ ਕਰਦਾ ਪਿਆ ਯਾਰ। ਚਲ ਆਪਾਂ ਇੱਦਾਂ ਕਰਨੇ ਆ, ਕੁਛ ਗੁੰਡੇ ਉਹਨਾਂ ਦੇ ਵਿੱਚ ਭੇਜ ਦਿੰਨੇ ਆ ਲੜਾਈ ਕਰਾਉਣ। ਉਹ ਅਮਿਤ ਸ਼ਾਹ ਜੀ, ਮੈਂ ਤੇ ਟਰਾਈ ਕਰ ਚੁੱਕਿਆ ਵਾਂ, ਜਿਹੜੇ ਗੁੰਡੇ ਮੈਂ ਭੇਜੇ ਸੀ ਉਹ ਕਿਸਾਨਾਂ ਦੀ ਗੱਲ ਸੁਣ ਕੇ ਉਹਨਾਂ ਦੇ ਨਾਲ ਹੀ ਧਰਨੇ ਤੇ ਬਹਿ ਗਏ ਨੇ। ਫਿਰ ਇੱਦਾਂ ਕਰਨੇ ਆ, ਬੋਸ ਕੋਲੋਂ ਪੁੱਛ ਲੈਨੇ ਆ ਕੀ ਕਰਨਾ ਚਾਹੀਦਾ ਹੈ। ਤੇਰਾ ਮਤਲਬ ਅੰਬਾਨੀ ਸਾਹਿਬ ਤੋਂ? ਹਾਂਜੀ ਹਾਂਜੀ, ਸਾਡੇ ਮਾਈ ਬਾਪ ਤਾਂ ਉਹ ਹੀ ਨੇ। ਮੈਨੂੰ ਤਾਂ ਡਰ ਲੱਗਦਾ ਉਹਨਾਂ ਨਾਲ ਗੱਲ ਕਰਨ ਤੋਂ ਵੀ। ਹੁਣ ਮੈਂ ਉਹਨਾਂ ਨੂੰ ਕੀ ਮੂੰਹ ਦਿਖਾਵਾਂ? ਉਹਨਾਂ ਨਾਲ ਵਾਅਦਾ ਤੇ ਕੀਤਾ ਸੀ ਕਿ ਮੈਂ ਕਿਸਾਨਾਂ ਨੂੰ ਇੱਦਾਂ ਕਰਦਾਂਗਾ ਕਰੋਨਾ 'ਚ, ਪਰ ਹੁਣ ਕਿਸਾਨ ਡਾਟੀ ਗਏ ਨੇ, ਹੁਣ ਮੈਂ ਕਰਾਂ ਕੀ?